किसे टाइम बंदे नु ऐसा आया हुंदा कि यार ऐद की मनु लगदा कि गईयां बाजियां ते फिर बंदा इंज करके निकल जावे। मैं जवाब देना तुहानू जी, दूर दी नहीं नेड़े दी गल, सन 2022 च ना मेरे वायरस आ गया। की आ गया? मैं चेतर दे दो तवा डाए अगों वसाख मैं सब नू हथों देता। ऐ हुंदी गल 2022 दी, ठीक है? ਲੋਕਾਂ ਕਈ ਸਤਾਰ ਮੁੱਲਾ, ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਜਦੋਂ ਟੈਂਪਰੇਚਰ ਬਹੁਤ ਬਹੁਤ ਟੈਂਪਰੇਚਰ 90% ਲੋਕੀ ਇਹੀ ਕਹਿ ਰਹੇ ਜੀ ਸਤਾਰ ਮੁੱਲਾ ਬੰਦ ਕਰ ਗਿਆ ਰੇ, ਟੈਂਪਰੇਚਰ ਬਹੁਤ ਆ ਠੀਕ ਹੈ। ਉਹ ਮੇਰੇ ਵਾਇਰਸ ਆ ਗਿਆ, ਹੁਣ ਮੈਂ ਕਿਸੇ ਨੂੰ ਕੀ ਕਹਾਂ? ਉਹ ਨਾ ਮੈਂ ਵਿਸਾਖ ਦੇ ਪਿਆਰੇ ਨਹੀਂ ਉਡਾਏ। ਕੀ ਬੋਲਾ? ਹਾਂਜੀ ਹਾਂਜੀ, ਫਿਰ ਮੈਂ ਅੱਲਾ ਦਾ ਸ਼ੁਕਰ ਹੈ 7 ਬਾਜ਼ੀਆਂ ਉਡਾਈਆਂ। ਉਹਦੇ ਜੇ ਤਕਰੀਬਨ ਮੈਂ 2-3 ਘਰਾਂ ਕੋ ਹਰਿਆ, ਬਾਕੀ ਮੈਂ ਸਾਰਿਆਂ ਜਿੱਤ ਗਿਆ। 1 ਲੱਖ ਵਾਲੇ ਕੱਪ ਚ ਮੇਰੀ 12ਵੀਂ 13ਵੀਂ ਕੇ 14ਵੀਂ ਪੋਜੀਸ਼ਨ ਆਈ ਜਿਹਦੇ ਚੇਅਰਮੈਨ ਸਾਹਿਬ ਨੇ ਉਡਾਇਆ ਸੀ, ਠੀਕ ਹੈ? ਉਹਦੇ ਅੱਲਾ ਸ਼ੁਕਰ ਹੈ, ਫਿਰ ਅੱਲਾ ਨੇ ਇੱਜ਼ਤ ਦੇ ਦਿੱਤੀ ਵੀ ਕਬੂਤਰ ਅੱਛੇ ਉੱਡ ਗਏ। 4-5 ਵਜੇ ਤੱਕ, 6 ਵਜੇ ਤੱਕ ਕਬੂਤਰ ਬਹਿੰਦੇ ਰਹੇ, ਠੀਕ ਹੈ? ਉਹ ਗੱਲ ਕੀ ਹੈ ਕਿ ਇਹ ਹੋ ਜਾਂਦਾ। ਦੇਖੋ ਇਹ ਪਰਿੰਦਾ ਕਈ ਦਫ਼ਾ ਵਾਇਰਸ ਆਉਣ ਲੱਗਿਆ ਨਹੀਂ ਪਤਾ ਲੱਗਦਾ, ਬੋਲਾ। ਹੁਣ ਅਗਰ ਕਬੂਤਰ ਮੈਨੂੰ ਨਾ ਦਾਣੇ ਹੁੰਦੇ ਤਾਂ ਫਿਰ ਮੈਨੂੰ ਜੇਠ ਉਡਾਉਣ ਦੀ ਕੀ ਜ਼ਰੂਰਤ ਸੀ? ਜਾਂ ਮੈਂ ਟੈਂਪਰੇਚਰ ਤੋਂ ਬਾਗੀ ਹੁੰਦਾ, ਕੀ ਖਿਆਲ? ਫਿਰ ਤਾਂ ਟੈਂਪਰੇਚਰ ਦੀਆਂ ਆਈਆਂ ਨੇ ਨਾ, ਦੇਖੋ ਨਾ, ਠੀਕ ਹੈ? ਬਾਦੀਆਂ ਵੀ ਗਰਮ ਗਈਆਂ ਤੇ ਫਿਰ ਤਾਂ ਵੀ ਗਰਮ ਗਈਆਂ। ਉਹ ਵਾਇਰਸ ਆਇਆ, ਮੈਂ ਕਿਹਾ ਵਕਤੀ ਤੌਰ ਸਾਰੇ ਕਬੂਤਰ ਜ਼ਾਇਆ ਹੋ ਜਾਣਗੇ, ਇਹਨਾਂ ਨੂੰ ਰੋਕ ਕੇ ਇਹਨਾਂ ਦੀ ਪਹਿਲੇ ਬਿਮਾਰੀ ਕੱਢੋ, ਹੈ ਨਾ? ਜਦੋਂ ਵਾਇਰਸ ਹੋ ਨਿਕਲੇ ਮੈਂ ਫਿਰ ਉਡਾਉਣੇ ਸ਼ੁਰੂ ਕਰ ਦੇ। ਸਰ ਜੀ, ਕਬੂਤਰ ਚੰਗੇ ਨਹੀਂ ਬਚਦੇ, ਚਲੇ ਜਾਂਦੇ ਨੇ, ਕਬੂਤਰ ਹਲਕੇ ਰਹਿ ਜਾਂਦੇ ਨੇ, ਹਾਂਜੀ, ਤੇ ਉਹਨਾਂ ਦੀ ਟ੍ਰੇਨਿੰਗ ਕੀ? ਉਹਨਾਂ ਦੀ ਟ੍ਰੇਨਿੰਗ ਹੈ ਵੀ ਡਾਕ ਡਾਰ ਤੇ ਡਾਈਓ, ਉਹਨਾਂ ਨੂੰ ਬਦਾਮ ਖਵਾਈਓ, ਠੀਕ ਹੈ? ਅੱਛਾ, ਉਹਦੇ ਫਿਰ ਹੈਗਾ 4 ਡਜ਼ਾ ਬਣਾ ਦਿਓ, 3 ਦਾ ਅਗਲੀ ਬਾਦੀ ਬਣਾ ਦਿਓ, ਫਿਰ ਹੈਗਾ ਕੋਈ ਨਾ ਕੋਈ ਤੇ ਲੜ ਮਰ ਜਾਏਗਾ। ਅੱਛਾ ਅੱਛਾ, ਦੇਖੋ ਨਾ ਐ ਨਹੀਂ ਹੁੰਦਾ, ਕਬੂਤਰ ਤੁਹਾਡੇ ਕੋਲ ਜਦੋਂ ਵੱਡੀਆਂ ਛੱਤਾਂ ਤੇ 12-1 ਵਜੇ ਦੇ ਬਚ ਹੀ ਜਾਂਦੇ ਨੇ ਬਿਲਕੁਲ। ਅੱਛਾ, ਤੇ 12-1 ਕੱਲ ਫਿਰ ਜਦੋਂ ਕੋਈ ਗੋਲੀ ਬੈਂਡ ਤੇ ਲੱਗਾ ਹੁੰਦਾ। ਅੱਛਾ ਸਾਹ ਜੀ, ਦੂਸਰਾ ਤੀਸਰਾ ਨਹੀਂ ਤੁਸੀਂ ਮਾਰਦੇ ਕਬੂਤਰ ਨੂੰ? ਮਾਰੀ ਦੇ ਪਰ, ਲੇਕਿਨ ਇਹਦਾ ਸਾਡੀਆਂ ਬਾਦੀਆਂ ਦੇਖੋ, ਮੈਂ ਬਾਦ ਜਾਂਦਾ, ਅਸੀਂ ਉਡਾਉਂਦੇ ਹਾਂ ਪਿਆਰੇ, ਕੀ ਉਡਾਉਂਦੇ ਹਾਂ? ਐਤਵਾਰ ਨੂੰ ਸਾਡੀ ਛੱਤ ਬੰਦ, ਅਸੀਂ ਕਬੂਤਰ ਨਹੀਂ ਉਡਾ ਸਕਦੇ, ਹੁਣ ਤਾਂ ਜਵਾਬ ਦੇਣਾ ਸੀਗਾ। ਅੱਗੋਂ ਜੁੰਮੇ ਨੂੰ ਬੰਨ ਕੇ ਉਡਾਉਣੇ ਛੱਤ ਬੰਦ, ਬੁੱਧ ਦੀ ਪੱਕੀ ਫਿਰ ਤੇ ਅਸੀਂ ਥੋੜੇ ਉਡਾਉਂਦੇ ਹਾਂ ਯਾਰ, ਫਿਰ ਤੇ ਸਹੀ ਆਈਏ। ਉਹ ਸਾਡੇ ਕੋਲ ਹਫ਼ਤੇ 4 ਦਿਨ ਬਾਈਦੇ ਨੇ, ਤੇ ਜੋ 4 ਦਿਨਾਂ 'ਚ ਜੇ ਮੌਸਮ ਖਰਾਬੀ ਜੇ ਹੋਵੇ ਤਾਂ ਕਿੱਧਰ ਜਾਣਗੀਆਂ ਧਨੀਆਂ? ਫਿਰ ਤਾਂ ਖਾਲੀ ਜੇਠ ਮੈਂ ਕੋਟਰ ਦਾ ਮਾਲਕ ਉਡਾਇਆ, ਮੈਂ ਕੋਈ 72-73 ਛੱਤਾਂ ਨੂੰ 3 ਸਾਲ ਮੈਂ ਹਰਾਇਆ, ਇੱਕ ਸਿਰਫ ਮੈਂ ਨਿਆ ਭਰ ਕੋ 1 ਸਾਲ ਉਡਿਆ। ਖਾਲੀ ਜੇਠ ਉਡਾਉਣਾ ਬੜਾ ਹੀ ਆਸਾਨ ਹੈ। ਕੀ ਬੜਾ? ਖਾਲੀ ਜੇਠ ਉਡਾਉਣਾ ਬੜਾ ਹੀ ਆਸਾਨ ਹੈ। ਕਿਸ ਤਰ੍ਹਾਂ? ਤੁਹਾਡੇ ਜੇਠ ਵਾਲੇ ਕਬੂਤਰਾਂ ਦੀਆਂ ਫਿਰਤਾਂ ਡਿਸਟਰਬ ਨਹੀਂ ਹੁੰਦੀਆਂ। ਜਦੋਂ ਕਬੂਤਰ ਨੇ ਫਿਰਤਾਂ ਚੰਗੇ ਨੇ ਕੱਢੀਆਂ ਹੁੰਦੀਆਂ ਨਾ, ਉਹ ਤੁਸੀਂ ਆਪਣੀ ਮਰਜ਼ੀ ਨਾਲ ਉਡਾਉਣੇ ਹੁੰਦੇ ਨੇ। ਪਰਦੇ ਮਾਲ ਹੈ, ਤੁਸੀਂ 2 ਸੈੱਟ ਬਣਾ ਲਓ, 3 ਬਣਾ ਲਓ, ਉਹਨੂੰ ਰੋਜ਼ ਡਾਓ, ਤੁਹਾਡੇ ਕਬੂਤਰ ਨਾ 1.5-2 ਮਹੀਨੇ ਹੀ ਫੜਕਾਂ ਪੂਰੀਆਂ ਲੈ ਲੈਂਦੇ ਨੇ। ਹੁਣ ਅਸੀਂ ਫਰਵਰੀ ਦੀਆਂ ਬਾਦੀਆਂ ਉਡਾ ਰਹੇ ਸਾਂ, ਸੁਣੋ, ਸਾਡੀ ਪਹਿਲੀ ਬਾਦੀ ਮਾਰਚ ਨੂੰ ਉੱਡੀ ਹੈ, ਫਰਵਰੀ ਦੇ ਛੱਤ ਤੇ ਚੜੇ ਸਾਂ ਫਿਰਤਾਂ ਲੈਣ। ਹੁਣ ਤੁਸੀਂ ਦੱਸੋ, ਜੇਠ ਵਾਲੇ ਕਬੂਤਰਾਂ ਨੂੰ ਫਿਰਤਾਂ ਕਿੱਥੇ ਲਵਾਂਗੇ? ਪੂਰਾ ਸੀਜ਼ਨ ਮੌਸਮ ਹੀ ਆ ਕੇ ਖਰਾਬ ਰਹੇ ਨੇ। ਔਰ ਇਮਾਨੀ ਗੱਲ, ਜੇ 4 ਕਬੂਤਰ ਐਸੀ ਵੀ ਠੱਪੇ ਪਾਏ ਜੇ ਜਿਹੜੇ ਚੇਤਰ ਦੇ ਉੱਡਦੇ ਆ ਰਹੇ, ਕੀ ਇਹ 50 ਕਬੂਤਰ ਹੈ ਸਾਨੂੰ ਫਿਰਤਾਂ ਹੀ ਨਹੀਂ ਆਈਆਂ? ਮੈਂ ਆਪਣੇ ਮਹਾਵਤ ਨੂੰ ਕਿਹਾ ਲੋਕਾਂ ਦੇ, ਕਹਿੰਦਾ ਉਸਤਾਦ ਜੀ ਉਹ ਕਿਉਂ, ਜਦੋਂ ਵਿਸਾਖ ਦਾ 4ਵਾਂ ਐਤਵਾਰ ਖਤਮ ਹੋਇਆ, ਮੈਂ ਕਿਹਾ ਹੁਣ ਇਹਨਾਂ ਨੇ ਅਸੀਂ ਡੱਕ ਡਾਰ ਦੇ ਫੰਡਣਾ, ਇਹ ਕੱਚੇ ਕਬੂਤਰ ਦਾ ਘਰ ਕੋਈ ਨਹੀਂ ਆਉਣਾ। ਕੀ ਬੋਲਾ? ਉਹ ਜੀ 50ਵਾਂ 'ਚ 1 ਵੀ ਬਾਦੀ ਨਹੀਂ ਜਾਇਆ। ਉਹਨਾਂ ਨੇ ਫੋਨ ਨੰਬਰ ਦੀਆਂ ਕੜੀਆਂ ਵੀ ਪਾਈਆਂ ਸੀ, ਜਿਹਦਾ ਫੋਨ ਹੈ ਮੈਂ ਕਿਹਾ ਮੈਂ ਨਹੀਂ ਲੈਣਾ, ਕਹਿੰਦਾ ਉਸਤਾਦ ਜੀ ਇਹ ਕੀ ਹੋਇਆ? ਮੈਂ ਕਿਹਾ ਪੁੱਤਰ ਇਹ ਕਬੂਤਰ ਨਾ ਮਹੀਨਾ ਪਹਿਲੇ ਜਿਹੜੇ ਨਾ ਕੱਸੇ ਹੋਣੇ ਚਾਹੀਦੇ ਸੀ, ਤੇ ਅੱਜ ਤੋਂ 20 ਦਿਨ ਪਹਿਲੇ ਖੁਰਾਕੇ ਲੱਗੇ ਹੋਣੇ ਚਾਹੀਦੇ। ਬਹੁਤ ਗਰਮੀ 'ਚ ਦਾਣੇ ਵਾਲਾ ਕਬੂਤਰ, ਤੰਬਲ ਕਬੂਤਰ ਨਹੀਂ ਘਰ ਆਉਂਦਾ। ਸਾਹ ਜੀ, ਉਸਤਾਦ ਨਦੀਮ ਮੁੱਲਾ ਤਾਰਾਂ ਵਾਲਾ, ਹਾਂਜੀ, ਪਿੰਡੇ 'ਚ ਥੱਕ ਨਹੀਂ ਗਈ? ਸਾਹ ਜੀ ਜਵਾਬ ਦਿਓ ਸਾਡੇ ਵੀਵਰਸ ਨੂੰ, ਕਿਉਂਕਿ ਜੋ ਮੈਂ ਦੇਖਦਾ ਆ ਉਸਤਾਦ ਜੀ, ਮੈਂ ਤੁਹਾਨੂੰ ਹੱਥੀ ਕਰ ਦਿੱਤਾ। ਦੇਖੋ ਹੁਣ ਤਾਂ ਹੱਥੀ ਕਰੀਦਾ ਅਦਰ, ਲੇਕਿਨ ਬਾਤ ਹੈ ਕਿ ਹੁਣ ਨਾ ਮੈਂ ਘਰ ਲਿਆ ਦੂਰ, ਪੈਰਾਗੋਨ ਮੇਰੀ ਲਿਆ, ਠੀਕ ਹੈ? ਹੁਣ ਥੋੜਾ ਜਿਹਾ ਨਾ ਘੱਟ ਟਾਈਮ ਦੇਈਦਾ। ਅੱਛਾ, ਉਹ ਮੇਰੀ ਗਲਤੀ ਸੀ, ਇੰਨੀ ਦੂਰ ਰਿਹਾ ਲਿਖਣ ਨਹੀਂ, ਮੇਰਾ ਗਾਲਾਂ ਦੇਣ ਚ ਆਈ ਨਹੀਂ ਕਿ ਸ਼ੌਕ ਖਰਾਬ ਹੋਏਗਾ ਅਦਰ, ਉਹ ਸ਼ੌਕ ਵਾਸਤੇ ਕਾਫੀ ਨਾ ਪ੍ਰੋਬਲਮ ਆ ਗਈ ਜੀ। ਉਸਤਾਦ ਜੀ ਕਾ ਫੋਨ ਆ, ਮੈਂ ਬੰਦ ਕਰ ਦਿੰਦਾ ਇੱਕ ਮਿੰਟ।